ਜ਼ਿਆਦਾ ਪਿਆਰ ਦੇਣ ਦੀ ਖਵਾਹਿਸ਼, ਮਾਂ ਬਣਨ ਦੀ ਇੱਛਾ, ਮਾਂ ਕਹਿਲਾਉਣ ਦੀ ਚਾਹ, ਪਿਤਾ ਕਹਾਉਣ ਦੀ ਚਾਹ, ਘਰ ਦੇ ਵਿਹੜੇ ਵਿੱਚ ਬੱਚੇ ਦੀ ਕਿਲਕਾਰੀਆਂ ਦੀ ਆਵਾਜ਼ ਸੁਣਨ ਦੀ ਇੱਛਾ ਹਰ ਇਨਸਾਨ ਦੇ ਦਿਲ ਵਿੱਚ ਹੁੰਦੀ ਹੈ। ਕਹਿੰਦੇ ਨੇ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਫਿੱਕੀਆਂ ਹਨ ਔਲਾਦ ਦੇ ਸੁੱਖ ਅੱਗੇ। ਔਲਾਦ ਦਾ ਸੁੱਖ ਕੀ ਹੁੰਦਾ ਹੈ ਇਹ ਉਹਨਾਂ ਤੋਂ ਜ਼ਿਆਦਾ ਕੌਣ ਜਾਣ ਸਕਦਾ ਹੈ ਜਿਹੜੇ ਵਿਆਹ ਦੇ ਕਈ ਸਾਲਾਂ ਬਾਅਦ ਵੀ ਇਸ ਤੋਂ ਵਾਂਝੇ ਰਹਿ ਜਾਂਦੇ ਹਨ। ਅਸਲ ਵਿੱਚ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਕਿਸੇ ਚੰਗੇ ਡਾਕਟਰ ਦੀ ਜੋ ਇਨਫਰਟੀਲਿਟੀ ਦੇ ਵਿਸ਼ੇ ਵਿੱਚ ਕੁਆਲੀਫਾਈਡ ਤੇ ਐਕਸਪੀਰੀਅੰਸਡ ਹੋਵੇ, ਜਿਸ ਨੂੰ ਤਜੁਰਬਾ ਹੋਵੇ ਇਸ ਤਰ੍ਹਾਂ ਦੇ ਮੁਸ਼ਕਿਲ ਤੋਂ ਮੁਸ਼ਕਿਲ ਮਾਮਲਿਆਂ ਨੂੰ ਸੁਲਝਾਉਣ ਦਾ। ਕਿਉਂਕਿ ਆਧੁਨਿਕ ਮੈਡੀਕਲ ਸਾਇੰਸ ਵਿੱਚ ਇਨਫਰਟੀਲਿਟੀ ਦਾ ਬਹੁਤ ਵਧੀਆ ਇਲਾਜ ਹੈ। ਲੇਟੈਸਟ ਡਾਇਗਨੋਸਟਿਕ ਇਕੁਇਪਮੈਂਟਸ ਅਤੇ ਲੈਬ ਟੈਸਟ ਆਦਿ ਸਮੱਸਿਆ ਦੀ ਤਹਿ ਤੱਕ ਜਾ ਕੇ ਇਨਫਰਟੀਲਿਟੀ ਦਾ ਉਚਿਤ ਇਲਾਜ ਕਰਕੇ ਸੁੰਨੀਆਂ ਕੋਖਾਂ ਭਰੀਆਂ ਜਾ ਸਕਦੀਆਂ ਨੇ। ਇਸ ਵਿਸ਼ੇ ਵਿੱਚ ਹੋਰ ਜਾਣਦੇ ਹਾਂ ਡਾਕਟਰ ਸੁਮਿਤਾ ਸੋਫਤ ਤੋਂ, ਜੋ ਖੁਦ ਵੀ ਇੱਕ ਸਫਲ ਅਨੁਭਵੀ ਤੇ ਇੱਕ ਨਾਮੀ ਡਾਕਟਰ ਨੇ, ਇਨਫਰਟੀਲਿਟੀ ਦੇ ਇਲਾਜ ਵਿੱਚ ਐਕਸਪਰਟ ਨੇ। ਅਕਸਰ ਜਦੋਂ ਨਵੇਂ ਵਿਆਹੇ ਜੋੜੇ ਦਾ ਵਿਆਹ ਹੁੰਦਾ ਹੈ, ਕੁਝ ਸਮੇਂ ਬਾਅਦ ਉਹਦੇ ਅੰਦਰ ਇੱਕ ਲਾਲਸਾ ਹੁੰਦੀ ਹੈ ਕਿ ਸਾਡੇ ਘਰ 'ਚ ਕਦੋਂ, ਸਾਡੇ ਵਿਹੜੇ 'ਚ ਕਦੋਂ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਣਗੀਆਂ। ਪਰ ਕੁਝ ਸਮੇਂ ਬਾਅਦ ਜਦੋਂ ਇਹ ਉਹਨਾਂ ਦੀ ਇੱਛਾ ਪੂਰੀ ਨਹੀਂ ਹੁੰਦੀ ਤਾਂ ਕਈ ਤਰ੍ਹਾਂ ਦੇ ਸਵਾਲ ਉਹਨਾਂ ਦੇ ਜ਼ਿਹਨ 'ਚ ਪੈਦਾ ਹੁੰਦੇ ਨੇ। ਖਾਸ ਤੌਰ 'ਤੇ ਇੱਕ ਔਰਤ ਨੂੰ ਇਹ ਤੋਹਮਤ ਉੱਤੇ ਲਗਾਈ ਜਾਂਦੀ ਹੈ ਕਿ ਇਹਨੂੰ ਬਾਂਝਪਨ ਦੀ ਸ਼ਿਕਾਇਤ ਹੈ, ਇਹ ਕਦੇ ਮਾਂ ਨਹੀਂ ਬਣ ਸਕਦੀ। ਜਦਕਿ ਸਾਡੀ ਸਾਇੰਸ ਨੇ ਅੱਜ ਬਹੁਤ ਤਰੱਕੀ ਕਰ ਲਈ, ਅੱਜ ਅਜਿਹੀ ਕੋਈ ਸਮੱਸਿਆ ਨਹੀਂ ਜਿਸ ਦਾ ਸਮਾਧਾਨ ਨਹੀਂ। ਬਾਂਝਪਨ ਤੋਂ ਵੀ ਅਸੀਂ ਨਿਜਾਤ ਪਾ ਸਕਦੇ ਹਾਂ। ਕਿਵੇਂ ਨਿਜਾਤ ਪਾ ਸਕਦੇ ਹਾਂ ਇਸ ਬਾਰੇ ਅੱਜ ਸਾਨੂੰ ਸਾਡੇ ਸਟੂਡੀਓ ਵਿੱਚ ਅਸੀਂ ਸੱਦਾ ਦਿੱਤਾ ਡਾਕਟਰ ਸੁਮਿਤਾ ਸੋਫਤ ਨੂੰ, ਅਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ। ਡਾਕਟਰ ਸੁਮਿਤਾ, ਜਿਸ ਤਰ੍ਹਾਂ ਕਿ ਅਸੀਂ ਬਾਂਝਪਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਬਾਂਝਪਨ ਹੈ ਕੀ। ਜਦ ਇੱਕ ਵਿਆਹੇ ਹੋਏ ਜੋੜੇ ਨੂੰ ਆਪਸ ਵਿੱਚ ਮਿਲਦੇ 1 ਸਾਲ ਤੋਂ ਜ਼ਿਆਦਾ ਹੋ ਜਾਏ ਅਤੇ ਉਹਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਨਾ ਹੋਏ, ਉਹਨੂੰ ਬਾਂਝਪਨ ਦੀ ਸਮੱਸਿਆ ਹੋ ਸਕਦੀ ਹੈ ਅਤੇ ਉਹਨੂੰ ਡਾਕਟਰੀ ਸਲਾਹ ਅਤੇ ਮਸ਼ਵਰਾ ਜ਼ਰੂਰ ਲੈ ਲੈਣਾ ਚਾਹੀਦਾ। ਪਰ ਕਈ ਇਹੋ ਜਿਹੇ ਜੋੜੇ ਵੀ ਹੈ ਜਿਨ੍ਹਾਂ ਨੂੰ ਵੇਟ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਸ਼ਾਦੀ ਤੋਂ ਬਾਅਦ ਡਾਕਟਰੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਜਿਵੇਂ ਕਿ ਇੱਕ ਕਪਲ ਦੀ ਏਜ ਜ਼ਿਆਦਾ ਹੈ ਜਦੋਂ ਉਹਨਾਂ ਦੀ ਵਿਆਹ ਹੋਇਆ ਹੈ ਅਤੇ ਉਹ ਜ਼ਿਆਦਾ ਦੇਰ ਵੇਟ ਨਹੀਂ ਕਰਨ, ਅਤੇ ਇੱਕ ਲੇਡੀ ਨੂੰ ਜੇ ਮਾਹਵਾਰੀ ਦੀ ਕੋਈ ਸਮੱਸਿਆ ਜੇ ਨਹੀਂ ਆਉਂਦੀ ਜਾਂ ਬੰਦ ਹੋ ਗਈ ਹੈ, ਉਹਨੂੰ ਵੀ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ। ਜਾਂ ਆਦਮੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਹੈ ਅਤੇ ਉਹਨੂੰ ਵੀ ਪਹਿਲਾਂ ਮਿਲ ਲੈਣਾ ਚਾਹੀਦਾ, ਉਹਨੂੰ 1 ਸਾਲ ਵੇਟ ਕਰਨ ਦੀ ਲੋੜ ਨਹੀਂ। ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਕਿ ਬਾਂਝਪਨ ਦੀ ਸ਼ਿਕਾਇਤ ਔਰਤ ਮਰਦ ਦੋਨਾਂ ਨੂੰ ਹੋ ਸਕਦੀ ਹੈ, ਯਾਨੀ ਕਿ 40-40% ਦੋਨਾਂ 'ਚ ਦੋਸ਼ ਪਾਇਆ ਜਾ ਸਕਦਾ ਹੈ। ਅਤੇ ਜੇਕਰ ਅਸੀਂ ਮਰਦਾਂ ਦੀ ਗੱਲ ਕਰੀਏ, ਮਰਦਾਂ 'ਚ ਬਾਂਝਪਨ ਦਾ ਕਾਰਨ ਕੀ ਹੈ ਅਤੇ ਉਹਦਾ ਟ੍ਰੀਟਮੈਂਟ ਕੀ ਹੈ? ਆਦਮੀਆਂ ਵਿੱਚ ਜਿਹੜੀ ਬਾਂਝਪਨ ਦੀ ਸਮੱਸਿਆ ਹੈ ਉਹਦਾ ਪ੍ਰਮੁੱਖ ਕਾਰਨ ਹੈ ਸ਼ੁਕਰਾਣੂਆਂ ਦੀ ਕਮੀ, ਜਾਂ ਬਿਲਕੁਲ ਹੀ ਸ਼ੁਕਰਾਣੂ ਹੈ ਨਹੀਂ। ਇੱਕ ਕੰਡੀਸ਼ਨ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਏਜ਼ੋਸਪਰਮੀਆ, ਯਾਨੀ ਕਿ ਨਿਲ ਸ਼ੁਕਰਾਣੂ। ਦੂਜਾ ਹੁੰਦਾ ਸ਼ੁਕਰਾਣੂ ਹੁੰਦੇ ਹੈ ਪਰ ਉਹਨਾਂ ਦੀ ਜਿਹੜੀ ਮਾਤਰਾ ਹੈ ਉਹ ਘੱਟ ਹੈ, ਜਿਹਨੂੰ ਆਪਾਂ ਓਲੀਗੋਸਪਰਮੀਆ ਕਹਿੰਦੇ ਹਾਂ। ਜਾਂ ਫਿਰ ਜਿਹੜੇ ਸ਼ੁਕਰਾਣੂ ਹੈ, ਨੰਬਰ ਤਾਂ ਠੀਕ ਹੈ, ਉਹਨਾਂ ਦੀ ਮੋਟੀਲਿਟੀ ਜਾਂ ਮੋਰਫੋਲੋਜੀ ਜਿਹਨੂੰ ਆਪਾਂ ਬੱਚਾ ਪੈਦਾ ਕਰਨ ਦੀ ਕਪੈਸਿਟੀ ਕਹਿੰਦੇ ਹਾਂ, ਉਹ ਬਹੁਤ ਘੱਟ ਹੈ। ਆ ਮੇਨ ਸਮੱਸਿਆ ਆਦਮੀਆਂ ਵਿੱਚ ਜਿਹਦੇ ਕਿ ਕਾਰਨ ਪ੍ਰੈਗਨੈਂਸੀ ਨਹੀਂ ਹੋ ਸਕਦੀ। ਜੀ, ਅਤੇ ਜਿਹੜੀ ਇਹ ਸ਼ੁਕਰਾਣੂਆਂ ਦੀ ਕਮੀ ਹੈ, ਇਹਦਾ ਜੇਕਰ ਅਸੀਂ ਪੁਰਸ਼ਾਂ ਦੀ ਗੱਲ ਕਰੀਏ, ਇਹਦੇ ਵਾਸਤੇ ਕਿਹੜੇ ਕਿਹੜੇ ਟੈਸਟ ਉਪਲਬਧ ਨੇ, ਇਹਦੇ ਬਾਰੇ ਦੱਸੋ। ਦੇਖੋ, ਆਦਮੀ ਵਿੱਚ ਜਿਹੜਾ ਸਭ ਤੋਂ ਮੇਨ ਇੰਪੋਰਟੈਂਟ ਟੈਸਟ ਹੁੰਦਾ ਹੈ ਉਹ ਹੈ ਸ਼ੁਕਰਾਣੂਆਂ ਦੀ ਜਾਂਚ ਕਰਨਾ, ਜਿਹਨੂੰ ਆਪਾਂ ਸੀਮਨ ਅਨਾਲਿਸਿਸ ਕਹਿੰਦੇ ਹਾਂ।
ਇਹਦੇ ਵਿੱਚ ਇੱਕ ਤਾਂ ਹੁੰਦਾ ਰੂਟੀਨ ਸੀਮਨ ਅਨਾਲਿਸਿਸ, ਆਪਾਂ ਜਿਹਦੇ ਵਿੱਚ ਕਾਊਂਟ ਮੋਟੀਲਿਟੀ ਮੋਰਫੋਲੋਜੀ ਦੇਖਦੇ ਹਾਂ, ਫਿਰ ਉਸ ਤੋਂ ਉੱਪਰ ਟੈਸਟ ਹੁੰਦੇ ਆ ਸਪਰਮ ਫੰਕਸ਼ਨ ਟੈਸਟ, ਜਿਹਦੇ ਵਿੱਚ ਕਿ ਆਪਾਂ ਨੂੰ ਪਤਾ ਲੱਗ ਜਾਂਦਾ ਇੱਕ ਸ਼ੁਕਰਾਣੂ ਵਿੱਚ ਬੱਚਾ ਪੈਦਾ ਕਰਨ ਦੀ ਕਿੰਨੀ ਕਪੈਸਿਟੀ ਹੈ। ਆਹ ਮੇਨ ਟੈਸਟ ਹੈ। ਜੇ ਇਹਨਾਂ ਟੈਸਟਾਂ ਵਿੱਚ ਪ੍ਰੋਬਲਮ ਆਏ ਤਾਂ ਆਦਮੀ ਦੇ ਫਰਦਰ ਟੈਸਟ ਕੀਤੇ ਜਾ ਸਕਦੇ ਆ। ਉਹਦੇ ਵਿੱਚ ਆਪਾਂ ਇੱਕ ਆਦਮੀ ਦੇ ਹਾਰਮੋਨ ਐਸੈਸ ਕਰ ਸਕਦੇ ਹਾਂ, ਦੇਖ ਸਕਦੇ ਹਾਂ ਕਿ ਉਹਦੇ ਸ਼ੁਕਰਾਣੂ ਕਿਉਂ ਨਹੀਂ ਬਣ ਰਹੇ ਜਾਂ ਕਿਉਂ ਨਿਲ ਹੈ। ਹੋ ਸਕਦਾ ਜਿਹੜੇ ਨਿਲ ਸ਼ੁਕਰਾਣੂ ਹੈ ਉਹ ਬਲੋਕਡ ਦੇ ਕਾਰਨ ਹੋਣ, ਅਤੇ ਉਹ ਦੇਖਿਆ ਜਾਂਦਾ ਹੈ, ਲੱਭੀ ਜਾਂਦੀ ਹੈ ਬਲੋਕਡ ਕਿੱਥੇ ਹੈ ਇਲਾਜ ਵਾਸਤੇ, ਜਾਂ ਉਹਦੇ ਗੋਲੀਆਂ ਵਿੱਚ ਸ਼ੁਕਰਾਣੂ ਬਣ ਰਹੇ ਆ ਪਰ ਬਾਹਰ ਨਹੀਂ ਆ ਰਹੇ। ਫਿਰ ਆਪਾਂ ਇੱਕ ਆਦਮੀ ਵਿੱਚ ਜਿਹੜਾ ਕੀ ਹੈ ਕਲਰ ਡੋਪਲਰ ਕਰ ਸਕਦੇ ਹਾਂ, ਅੰਡਕੋਸ਼ ਦੇ ਜਿਹਨੂੰ ਆਪਾਂ ਟੈਸਟਿਸ ਕਹਿੰਦੇ ਹਾਂ ਉਹਦਾ ਕਲਰ ਡੋਪਲਰ ਹੋ ਸਕਦਾ ਹੈ, ਬਲੱਡ ਫਲੋ ਦੇਖਿਆ ਜਾਂਦਾ ਹੈ ਕਿ ਉਹ ਨੋਰਮਲ ਹੈ ਕਿ ਐਬਨੋਰਮਲ ਹੈ। ਅਤੇ ਦੂਜੇ ਪਾਸੇ ਜੇਕਰ ਅਸੀਂ ਔਰਤਾਂ ਦੀ ਗੱਲ ਕਰੀਏ, ਔਰਤਾਂ ਜਿਹੜੀਆਂ ਕਿ ਬਾਂਝਪਨ ਦਾ ਸ਼ਿਕਾਰ ਨੇ, ਉਹਦਾ ਕਾਰਨ ਕੀ ਹੈ, ਉਹਦੇ ਵਾਸਤੇ ਕੀ ਟ੍ਰੀਟਮੈਂਟ ਹੈ? ਦੇਖੋ ਔਰਤਾਂ ਵਿੱਚ ਜਿਹੜੇ ਮੇਨ ਕਾਰਨ ਹੈ ਉਹ ਹੈ ਟਿਊਬਾਂ ਦੇ ਕਾਰਨ ਹੋ ਸਕਦੇ ਆ, ਅੰਡੇਦਾਨੀ ਦੀ ਸਮੱਸਿਆ ਹੋ ਸਕਦੀ ਹੈ, ਜਾਂ ਫਿਰ ਬੱਚੇਦਾਨੀ ਦੀ ਸਮੱਸਿਆ ਹੋ ਸਕਦੀ ਹੈ। ਜਿਹੜੀ ਟਿਊਬਾਂ ਦੀ ਸਮੱਸਿਆ ਉਹਦੇ ਵਿੱਚ ਹੁੰਦਾ ਕਿ ਇੱਕ ਲੇਡੀ ਦੀ ਟਿਊਬਾਂ ਬੰਦ ਹੈ ਅਤੇ ਐਗ ਅਤੇ ਸਪਰਮ ਦਾ ਮਿਲਣ ਨਹੀਂ ਹੋ ਸਕਦਾ। ਟਿਊਬਾਂ ਹੁਣ ਤਿੰਨ ਕਾਰਨਾਂ ਵਾਸਤੇ ਬੰਦ ਹੋ ਸਕਦੀਆਂ, ਜਿਵੇਂ ਕਿ ਇੱਕ ਲੇਡੀ ਨੂੰ ਪੈਲਵਿਕ ਇਨਫੈਕਸ਼ਨ ਹੈ ਜਿਹਨੂੰ ਆਪਾਂ ਪੈਲਵਿਕ ਇਨਫਲਾਮੇਟਰੀ ਡਿਜ਼ੀਜ਼ ਕਹਿੰਦੇ ਹਾਂ, ਜਾਂ ਥੱਲੇ ਸੋਜਿਸ਼ ਰਹਿੰਦੀ ਹੈ ਉਹਦੇ ਕਾਰਨ ਟਿਊਬਾਂ ਬੰਦ ਹੋ ਸਕਦੀਆਂ। ਦੂਜਾ ਜਿਵੇਂ ਪੈਲਵਿਕ ਟਿਊਬਰਕਲੋਸਿਸ ਜਾਂ ਨਲਾਂ ਦੀ ਟੀ ਬੀ ਹੈ, ਉਹਦੇ ਵੀ ਕਾਰਨ ਟਿਊਬਾਂ ਬੰਦ ਹੋ ਸਕਦੀਆਂ, ਜਾਂ ਫਿਰ ਉਹਨੂੰ ਪੈਲਵਿਕ ਐਂਡੋਮੈਟਰੀਓਸਿਸ ਹੈ ਐਂਡੋਮੈਟਰੀਓਸਿਸ ਕਾਰਨ, ਅਤੇ ਉਹ ਟਿਊਬਾਂ ਨੋਰਮਲ ਫੰਕਸ਼ਨ ਨਹੀਂ ਕਰ ਸਕਦੀਆਂ। ਹੁਣ ਆ ਗਏ ਅੰਡੇਦਾਨੀ ਦੀ ਪ੍ਰੋਬਲਮ, ਉਹਦੇ ਵਿੱਚ ਇੱਕ ਲੇਡੀ ਦੇ ਅੰਡੇ ਨਹੀਂ ਬਣ ਸਕਦੇ, ਜਾਂ ਛੋਟੇ ਸਾਈਜ਼ ਦੇ ਬਣਦੇ ਆ, ਪੂਰੇ ਨਹੀਂ ਬਣਦੇ, ਜਾਂ ਜਦੋਂ ਮੈਚਿਓਰ ਹੋ ਜਾਂਦੇ ਆ ਤਾਂ ਉਹ ਫਟਦੇ ਨਹੀਂ, ਜਿਹਨੂੰ ਆਪਾਂ ਮੈਡੀਕਲ ਲੈਂਗੁਏਜ ਵਿੱਚ LUF ਜਾਂ ਲਿਊਟਿਲਾਈਜ਼ਡ ਅਨਰਪਚਰਡ ਫੋਲੀਕਲ ਕਹਿੰਦੇ ਹਾਂ, ਜਾਂ ਫਿਰ ਇੱਕ ਲੇਡੀ ਦੇ ਅੰਦਰ ਪੋਲੀਸਿਸਟਿਕ ਓਵਰੀਜ਼ ਦੀ ਪ੍ਰੋਬਲਮ ਹੈ, ਉਹਦੇ ਮਲਟੀਪਲ ਸਿਸਟ ਬਣ ਜਾਂਦੇ ਆ ਜਿਹੜੇ ਕਿ ਅੰਡਾ ਨਹੀਂ ਬਣਨ ਦਿੰਦੇ, ਜਾਂ ਫਿਰ ਅੰਡੇਦਾਨੀ ਵਿੱਚ ਰਸੌਲੀਆਂ ਹੋ ਜਾਂਦੀਆਂ, ਖੂਨ ਦੀ ਹੋ ਸਕਦੀ ਹੈ, ਪਾਣੀ ਦੀ ਹੋ ਸਕਦੀ ਹੈ, ਉਹਦੇ ਕਾਰਨ ਵੀ ਇੱਕ ਲੇਡੀ ਸੰਤਾਨ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦੀ। ਤੀਜਾ ਜਿਹੜਾ ਆ ਗਿਆ ਕਿ ਬੱਚੇਦਾਨੀ ਦੀ ਸਮੱਸਿਆ ਹੋ ਸਕਦੀ ਹੈ, ਉਹਦਾ ਬੱਚੇਦਾਨੀ ਦਾ ਸਾਈਜ਼ ਛੋਟਾ ਹੋ ਸਕਦਾ ਹੈ, ਜਾਂ ਜਿਹੜੀ ਤੈਅ ਉਹ ਠੀਕ ਨਹੀਂ ਹੈ, ਪ੍ਰੋਪਰ ਬੰਦ ਹੀ ਨਹੀਂ, ਉਹਦੇ ਕਾਰਨ ਨਹੀਂ ਹੋ ਸਕਦਾ, ਜਾਂ ਫਿਰ ਬੱਚੇਦਾਨੀ ਵਿੱਚ ਰਸੌਲੀਆਂ ਹੋ ਜਾਂਦੀ ਹੈ ਜਿਹਦੇ ਕਿ ਕਾਰਨ ਪ੍ਰੈਗਨੈਂਸੀ ਨਹੀਂ ਹੋ ਸਕਦੀ। ਅਤੇ ਡਾਕਟਰ ਸਾਹਿਬ, ਜਿਹੜੇ ਪੁਰਸ਼ਾਂ ਦੀ ਪੁਰਸ਼ਾਂ 'ਚ ਸ਼ੁਕਰਾਣੂਆਂ ਦੀ ਕਮੀ ਪਾਈ ਜਾਂਦੀ ਹੈ, ਨਿਲ ਸਪਰਮਸ ਹੁੰਦੇ ਉਹਨਾਂ ਦੇ, ਉਹਦੇ ਲਈ ਕੀ ਟ੍ਰੀਟਮੈਂਟ ਹੈਗਾ, ਉਹਦੇ ਲਈ ਤੁਸੀਂ ਕੀ ਕਰਦੇ ਹੋ? ਦੇਖੋ, ਜਿਨ੍ਹਾਂ ਆਦਮੀਆਂ ਵਿੱਚ ਨਹੀਂ ਸ਼ੁਕਰਾਣੂ ਨਿਲ ਸਪਰਮਸ ਹੈ, ਵਿਗਿਆਨ ਨੇ ਅੱਜ ਕੱਲ੍ਹ ਇੰਨੀ ਕੁ ਤਰੱਕੀ ਕਰ ਦਿੱਤੀ ਹੈ ਕਿ ਇਹੋ ਜਿਹੇ ਆਦਮੀਆਂ ਵੀ ਪੁਰਸ਼ਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਆਸ਼ਾ ਨਹੀਂ ਛੱਡਣੀ ਚਾਹੀਦੀ, ਉਹ ਵੀ ਆਪਣਾ ਬੱਚਾ ਪਾ ਸਕਦੇ ਹੈ। ਅੱਜ ਕੱਲ੍ਹ ਹੁਣ ਨਈ ਟੈਕਨੀਕਸ ਆ ਗਈ ਹੈ ਜਿਹਨੂੰ ਆਪਾਂ ਇਕਸੀ ਵਿਧੀ ਕਹਿੰਦੇ ਹਾਂ, ਇਮਸੀ ਵਿਧੀ ਹੁੰਦੀ ਹੈ, ਇਕਸੀ ਵਿਧੀ ਹੁੰਦੀ ਹੈ, ਜਿਹਦੇ ਵਿੱਚ ਕਿ ਆਪਾਂ ਇੱਕ ਸ਼ੁਕਰਾਣੂ ਵੀ ਲੈ ਕੇ ਅੰਡੇ ਦੇ ਨਾਲ ਮਿਲਾ ਕੇ ਭਰੂਣ ਬਣਾ ਕੇ 48 to 72 ਘੰਟੇ ਬਾਅਦ ਬੱਚੇਦਾਨੀ ਵਿੱਚ ਰੱਖ ਸਕਦੇ ਹਾਂ। ਇਹੋ ਜਿਹੇ ਕੇਸਿਸ ਵਿੱਚ ਬਹੁਤ ਸਕਸੈਸਫੁਲ ਹੈ ਜਿਨ੍ਹਾਂ ਦੇ ਅੰਦਰ ਸਪਰਮਸ ਹੀ ਨਹੀਂ ਬਣਦੇ, ਜਾਂ ਐਜ਼ੋਸਪਰਮਿਕ ਹੈ ਜੇ ਅੰਦਰ ਸਪਰਮਸ ਹੁੰਦੇ ਆ, ਬਾਹਰ ਨਹੀਂ ਆ ਰਹੇ, ਆਪਾਂ ਗੋਲੀਆਂ 'ਚੋਂ ਵੀ ਕੱਢ ਸਕਦੇ ਹਾਂ, ਸਪਰਮਸ ਕੱਢ ਕੇ ਬੱਚਾ ਪੈਦਾ ਕਰ ਸਕਦੇ ਹਾਂ, ਜਾਂ ਸਪਰਮਸ ਜਿਹੜੇ ਹੈ ਬਹੁਤ ਘੱਟ ਮਾਤਰਾ ਵਿੱਚ ਹੈ, ਜਿਵੇਂ ਕਿ 1 million ਕਾਊਂਟ ਹੈ, 2 million ਕਾਊਂਟ ਹੈ, ਬਹੁਤ ਜ਼ਿਆਦਾ ਮਤਲਬ ਨਿਲ ਦੇ ਬਰਾਬਰ ਹੈ, ਉਹੋ ਜਿਹੇ ਕੇਸਿਸ ਵਿੱਚ ਵੀ ਹੈ ਟੈਕਨੀਕ ਯੂਜ਼ ਹੋ ਸਕਦੀ ਹੈ। ਅੱਜ ਕੱਲ੍ਹ ਹੋਰ ਨਈ ਟੈਕਨੀਕ ਆ ਗਈ ਹੈ ਜਿਹਨੂੰ ਆਪਾਂ ਇਮਸੀ ਵਿਧੀ ਕਹਿੰਦੇ ਹਾਂ, ਇਕਸੀ ਤੋਂ ਵੀ ਉੱਪਰ ਹੈ, ਇਹਦੇ ਵਿੱਚ ਸਪੈਸ਼ਲ ਮਾਈਕਰੋਸਕੋਪਸ ਹੁੰਦੇ ਆ ਜਿਹਦੇ ਵਿੱਚ ਕਿ ਆਪਾਂ ਜਿਹੜੇ ਨੋਰਮਲ ਸਪਰਮ ਹੈ ਜਿਹੜਾ ਬੱਚਾ ਬਿਲਕੁਲ, ਇਹਦੇ ਵਿੱਚ ਕਾਫੀ ਮੈਗਨੀਫਿਕੇਸ਼ਨ ਹੁੰਦੀ ਹੈ ਜਿਹਦੇ ਵਿੱਚ ਆਪਾਂ ਨੋਰਮਲ ਸਪਰਮ ਸਿਲੈਕਟ ਕਰਕੇ ਐਗ ਦੇ ਨਾਲ ਮਿਲਾ ਕੇ ਭਰੂਣ ਤਿਆਰ ਕਰਕੇ ਅੰਦਰ ਰੱਖ ਸਕਦੇ ਹਾਂ, ਇਹਦੇ ਨਾਲ ਜਿਹੜਾ ਸਫਲਤਾ ਦਰ ਹੈ ਉਹ ਕਾਫੀ ਜ਼ਿਆਦਾ ਇਨਕਰੀਜ਼ ਹੋ ਜਾਂਦਾ ਹੈ। ਡਾਕਟਰ ਸੁਮਿਤਾ, ਅਕਸਰ ਸੁਣਿਆ ਜਾਂਦਾ ਹੈ ਟੈਸਟ ਟਿਊਬ ਬੇਬੀਜ਼, ਬਹੁਤ ਅਸੀਂ ਸੁਣਦੇ ਹਾਂ, ਚਰਚਾ 'ਚ ਆਉਂਦਾ ਹੈ, ਇਹ ਟੈਸਟ ਟਿਊਬ ਬੇਬੀਜ਼ ਹੈ ਕੀ, ਕਿਵੇਂ ਬਣਦਾ ਹੈ?
ਟੈਸਟ ਟਿਊਬ ਬੇਬੀ ਜਿਹਨੂੰ ਆਪਾਂ ਆਈ ਵੀ ਐਫ ਕਹਿੰਦੇ ਹਾਂ, ਸਪੈਸ਼ਲੀ ਉਹੋ ਜਿਹੇ ਪੇਸ਼ੈਂਟਸ ਵਿੱਚ ਯੂਜ ਇਹ ਟੈਕਨੀਕ ਯੂਜ਼ ਕੀਤੀ ਜਾ ਸਕਦੀ ਹੈ, ਜਿਹਨਾਂ ਨੂੰ ਸ਼ਾਦੀ ਦੇ ਬਹੁਤ ਸਾਲ ਹੋ ਗਏ ਹੋਣ ਅਤੇ ਕੋਈ ਕਾਰਨ ਨਾ ਹੋਏ ਉਹਦੇ ਵਿੱਚ ਆਪਾਂ, ਮਤਲਬ ਕਿ ਏਜ ਜ਼ਿਆਦਾ ਹੋ ਰਹੀ ਹੋਏ, ਵੇਟ ਨਹੀਂ ਕਰ ਸਕਦਾ ਪੇਸ਼ੈਂਟ, ਇਹੋ ਜਿਹੇ ਕੇਸਿਸ ਵਿੱਚ ਆਪਾਂ ਟੈਸਟ ਟਿਊਬ ਬੇਬੀ ਕਰ ਸਕਦੇ ਹਾਂ, ਜਾਂ ਜਿਸ ਲੇਡੀ ਦੀ ਟਿਊਬ ਜਿਹੜੀ ਹੈ ਪਰਮਾਨੈਂਟਲੀ ਡੈਮੇਜ ਹੋ ਗਈਆਂ ਉਹ ਨਹੀਂ ਖੁੱਲ ਸਕਦੀਆਂ, ਇਹੋ ਜਿਹੇ ਕੇਸਿਸ ਵਿੱਚ ਵੀ ਟੈਸਟ ਟਿਊਬ ਬੇਬੀ ਕਾਫੀ ਕਾਮਯਾਬ ਹੈ। ਇਹਦੇ ਵਿੱਚ ਆਪਾਂ ਇੱਕ ਲੇਡੀ ਦੇ ਐਗਸ ਬਣਾਉਂਦੇ ਹਾਂ, ਠੀਕ ਹੈ, ਐਗਸ ਬਣਾ, ਜਦੋਂ ਐਗਸ ਪੂਰੇ ਬਣ ਜਾਂਦੇ ਆ, ਵੱਡੇ ਹੋ ਜਾਂਦੇ ਆ, ਟੀਕੇ ਲਗਾਉਂਦੇ ਹਾਂ ਲੇਡੀਜ਼ ਨੂੰ, ਐਗਸ ਬਣਾਉਂਦੇ ਹਾਂ, ਅੰਡੇ ਬਣਾ ਕੇ ਆਪਾਂ ਫਿਰ ਅੰਡੇ ਅਲਟਰਾਸਾਊਂਡ ਦੇ ਜ਼ਰੀਏ ਕੱਢ ਸਕਦੇ ਹਾਂ, ਅਤੇ ਫਿਰ ਉਹ ਭਰੂਣ ਬਣਾ ਕੇ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ। ਪਹਿਲਾਂ ਜਿਹੜਾ ਹੁਣ ਟੈਸਟ ਟਿਊਬ ਬੇਬੀ ਆਪਾਂ ਕਰਦੇ ਸੀ ਉਹਦੇ ਵਿੱਚ ਇੱਕ ਲੇਡੀ ਦੇ ਬਹੁਤ ਜ਼ਿਆਦਾ ਅੰਡੇ ਬਣਾਏ ਜਾਂਦੇ ਸੀ, ਅੱਜ ਕੱਲ੍ਹ ਇੱਕ ਲੇਡੀ ਨੂੰ ਇੰਨੇ ਇੰਜੈਕਸ਼ਨਸ ਦੀ ਵੀ ਲੋੜ ਨਹੀਂ। ਟੈਕਨੀਕਸ ਆ ਗਈਆਂ ਜਿਹਨੂੰ ਆਪਾਂ ਮਿਨੀਮਲ ਸਟਿਮੂਲੇਸ਼ਨ ਪ੍ਰੋਟੋਕਾਲ ਕਹਿੰਦੇ ਹਾਂ, ਲੇਡੀ ਦੇ ਆਪਾਂ ਸਿਰਫ ਇੱਕ ਜਾਂ ਦੋ ਜਾਂ ਤਿੰਨ ਅੰਡੇ ਕੱਢਦੇ ਹਾਂ। ਇਹਦੇ ਵਿੱਚ ਇਹੋ ਜਿਹੇ ਪੇਸ਼ੈਂਟਸ ਵੀ ਬਹੁਤ ਬੈਨੀਫਿਟ ਕਰ ਸਕਦੇ ਆ ਜਿਹੜੇ ਟੀਕਿਆਂ 'ਤੇ ਜ਼ਿਆਦਾ ਪੈਸਾ ਨਹੀਂ ਖਰਚ ਸਕਦੇ ਅਤੇ ਲੇਡੀ ਟੀਕੇ ਨਹੀਂ ਲਗਵਾ ਸਕਦੀ, ਅਤੇ ਸਫਲਤਾ ਦਰ ਵੀ ਠੀਕ ਹੁੰਦਾ ਹੈ ਪੇਸ਼ੈਂਟ ਦਾ, ਠੀਕ ਹੈ। ਉਹਦੇ ਵਿੱਚ ਆਪਾਂ ਮਿਨੀਮਲ ਸਟਿਮੂਲੇਸ਼ਨ ਟੈਕਨੀਕ ਅਤੇ ਭਰੂਣ ਬਣਾ ਕੇ ਲੇਡੀ ਦੇ ਅੰਦਰ ਰੱਖਿਆ ਜਾ ਸਕਦਾ ਹੈ। ਅਤੇ ਡਾਕਟਰ ਸਾਹਿਬ, ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਬਹੁਤ ਸਾਰੀਆਂ ਮਹਿਲਾਵਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਅੰਡੇ, ਜਿਨ੍ਹਾਂ ਦੇ ਅੰਦਰ ਅੰਡੇ ਨਹੀਂ ਬਣਦੇ, ਉਹਦੇ ਵਾਸਤੇ ਵੀ ਕੋਈ ਟ੍ਰੀਟਮੈਂਟ ਹੈਗਾ, ਜੇ ਹੈ ਤਾਂ ਉਹਦੇ ਬਾਰੇ? ਦੇਖੋ, ਸਭ ਤੋਂ ਪਹਿਲਾਂ ਇੱਕ ਲੇਡੀ ਦੇ ਹਾਰਮੋਨ ਐਸੈਸ ਕੀਤੇ ਜਾਂਦੇ ਆ, ਹਾਰਮੋਨ ਬਲੱਡ ਟੈਸਟ ਹੁੰਦੇ ਆ, ਉਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਇਸ ਲੇਡੀ ਦੇ ਅੰਡੇ ਬਣ ਸਕਦੇ ਆ ਕਿ ਨਹੀਂ ਬਣ ਸਕਦੇ। ਜੇ ਉਸ ਲੇਡੀ ਦੇ ਅੰਡੇ ਬਣ ਸਕਦੇ ਆ ਤਾਂ ਆਪਾਂ ਟੀਕੇ ਆਉਂਦੇ ਆ, ਕਾਫੀ ਸਾਰੇ ਅੱਛੇ ਟੀਕੇ ਆ ਗਏ ਅੱਜ ਕੱਲ੍ਹ ਜਿਹਦੇ ਨਾਲ ਆਪਾਂ ਇੱਕ ਲੇਡੀ ਦੇ ਅੰਡੇ ਬਣਾ ਸਕਦੇ ਹਾਂ। ਪਰ ਜੇ ਸਾਨੂੰ ਪਤਾ ਹੀ ਲੱਗ ਗਿਆ ਕਿ ਉਸ ਲੇਡੀ ਦੇ ਅੰਡੇ ਆਪਣੇ ਨਹੀਂ ਬਣ ਸਕਦੇ, ਜਿਵੇਂ ਕਿ ਉਹਦਾ ਪ੍ਰੀ ਮੈਚਿਓਰ ਮਾਹਵਾਰੀ ਜਿਹੜੀ ਆ ਉਹ ਖਤਮ ਹੋ ਗਈ ਹੈ, ਪਹਿਲੇ ਉਮਰ ਦੇ ਪਹਿਲਾਂ ਹੀ ਮਾਹਵਾਰੀ ਬੰਦ ਹੋ ਗਈ ਹੈ, ਜਾਂ ਉਹਦੇ ਅੰਡੇਦਾਨੀਆਂ ਹੀ ਬਹੁਤ ਛੋਟੀਆਂ ਸਾਈਜ਼ ਦੀ, ਉਹਦੇ ਕਦੇ ਅੰਡੇ ਆਪਣੇ ਬੰਨ ਹੀ ਨਹੀਂ ਸਕਦੇ, ਜਾਂ ਇੱਕ ਲੇਡੀ ਹੈ ਉਹ ਐਲਡਰਲੀ ਏਜ ਗਰੁੱਪ ਹੋ ਗਿਆ, 40 ਮਤਲਬ 40 ਸਾਲ ਤੋਂ ਉਮਰ ਜ਼ਿਆਦਾ ਹੋ ਗਈ ਹੈ, ਇਹੋ ਜਿਹੇ ਕੇਸਿਸ ਵਿੱਚ ਆਪਾਂ ਅੰਡਾ ਜਿਹੜਾ ਅੰਡਾ ਬੈਂਕ ਤੋਂ ਲੈ ਸਕਦੇ ਹਾਂ। ਅੰਡਾ ਜਦ ਆਪਾਂ ਅੰਡਾ ਬੈਂਕ ਤੋਂ ਲੈ ਲਿਆ ਤਾਂ ਉਹਦੇ ਹਸਬੈਂਡ ਦੇ ਸ਼ੁਕਰਾਣੂਆਂ ਨਾਲ ਮਿਲਾ ਕੇ ਬਾਹਰ ਭਰੂਣ ਤਿਆਰ ਕਰਕੇ ਲੇਡੀ ਦੇ ਅੰਦਰ ਰੱਖਿਆ ਜਾ ਸਕਦਾ। ਅਤੇ ਡਾਕਟਰ ਸਾਹਿਬ, ਇੱਕ ਮੈਂ ਹੋਰ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਇੱਕ ਸਵਾਲ, ਕਿ ਅਕਸਰ ਸੀਮਨ ਬੈਂਕ ਬਾਰੇ ਅਸੀਂ ਬਹੁਤ ਸੁਣਦੇ ਹਾਂ, ਇਹ ਸੀਮਨ ਬੈਂਕ ਹੈ ਕੀ, ਇਹਦੇ ਬਾਰੇ ਸਾਨੂੰ ਦੱਸੋ। ਦੇਖੋ, ਸੀਮਨ ਬੈਂਕ ਇਹੋ ਜਿਹੇ ਪੇਸ਼ੈਂਟਸ ਵਿੱਚ ਕਾਫੀ ਯੂਸਫੁਲ ਹੁੰਦਾ ਹੈ, ਜਿਵੇਂ ਕਿ ਜਿਹਦੇ ਜਿਨ੍ਹਾਂ ਦੇ ਹਸਬੈਂਡ ਬਾਹਰ ਰਹਿੰਦੇ ਆ, ਇੰਡੀਆ ਵਿੱਚ ਨਹੀਂ ਰਹਿੰਦੇ, ਬਾਹਰ ਅਬਰੋਡ ਰਹਿੰਦੇ ਆ, ਅਤੇ ਉਹ ਵਾਰ ਵਾਰ ਸੀਮਨ ਦੇਣ ਵਾਸਤੇ ਇੰਡੀਆ ਨਹੀਂ ਆ ਸਕਦੇ, ਜਾਂ ਬਾਹਰ ਨੌਕਰੀ ਕਰਦੇ ਆ, ਜਾਂ ਆਰਮੀ ਵਿੱਚ ਹੈ, ਇਹੋ ਜਿਹੇ ਕੇਸਿਸ ਵਿੱਚ ਅਸੀਂ ਪੇਸ਼ੈਂਟ ਦਾ ਵੀਰਜ ਲੈ ਕੇ ਸਟੋਰ ਕਰ ਲੈਂਦੇ ਹਾਂ ਬੈਂਕ ਵਿੱਚ, ਜਿਹਨੂੰ ਆਪਾਂ ਸੀਮਨ ਬੈਂਕ ਕਹਿੰਦੇ ਹਾਂ, ਅਤੇ ਪੇਸ਼ੈਂਟ ਨੂੰ ਵਾਰ ਵਾਰ ਸੀਮਨ ਦੇਣ ਦੀ ਲੋੜ ਨਹੀਂ ਹੁੰਦੀ, ਜਾਂ ਇੱਕ ਕਪਲ ਹੈ ਉਹਦਾ ਹਸਬੈਂਡ ਵਾਰ ਵਾਰ ਸੀਮਨ ਨਹੀਂ ਦੇ ਸਕਦਾ, ਉਹਨੂੰ ਪ੍ਰੋਬਲਮ ਹੁੰਦੀ ਹੈ, ਉਹਦੇ ਵਿੱਚ ਵੀ ਆਪਾਂ ਸੀਮਨ ਲੈ ਕੇ ਇੱਕ ਵਾਰ ਸਟੋਰ ਕਰ ਸਕਦੇ ਹਾਂ, ਤਾਂ ਉਹ ਯੂਜ਼ ਹੋ ਸਕਦਾ। ਸੀਮਨ ਬੈਂਕ ਇਹੋ ਜਿਹੇ ਕੇਸਿਸ ਵਿੱਚ ਵੀ ਬਹੁਤ ਯੂਜ਼ਫੁੱਲ ਹੈ, ਜਿਨ੍ਹਾਂ ਦੇ ਆਪਣੇ ਕਦੇ ਸ਼ੁਕਰਾਣੂ ਬਣੇ ਹੀ ਨਹੀਂ ਜਾਂ ਬਣ ਹੀ ਨਹੀਂ ਸਕਦੇ, ਅੰਦਰੋਂ ਹੀ ਨਹੀਂ ਬਣ ਰਹੇ, ਇਹੋ ਜਿਹੇ ਕੇਸਿਸ ਵਿੱਚ ਆਪਾਂ ਸੀਮਨ ਬੈਂਕ ਤੋਂ ਲੈ ਕੇ, ਆਹ ਜਿਹੜਾ ਸੀਮਨ ਹੁੰਦਾ ਅੱਡ ਅੱਡ ਬਿਮਾਰੀਆਂ ਵਾਸਤੇ ਟੈਸਟਡ ਵੀ ਹੁੰਦਾ, ਅਤੇ ਆਪਾਂ ਸਕਿਨ ਕਲਰ, ਹੇਅਰ ਕਲਰ, ਬਲੱਡ ਗਰੁੱਪ ਸਾਰਾ ਮੈਚ ਕਰਕੇ ਸ਼ੁਕਰਾਣੂ ਲੈ ਕੇ ਸਿਰਫ ਸ਼ੁਕਰਾਣੂ ਬੱਚੇਦਾਨੀ ਵਿੱਚ ਇੰਜੈਕਟ ਕਰ ਦਿੰਦੇ ਆ। ਜੀ ਡਾਕਟਰ ਸਾਹਿਬ, ਅੱਜ ਕੱਲ੍ਹ ਬੜਾ ਸੁਣਨ 'ਚ ਆ ਰਿਹਾ ਕਿਰਾਏ ਦੀ ਕੁੱਖ, ਪਰਾਈ ਕੁੱਖ, ਇਹ ਹੈ ਕਿ, ਇਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ। ਦੇਖੋ, ਇਹਨੂੰ ਆਪਾਂ ਮੈਡੀਕਲ ਲੈਂਗੁਏਜ ਵਿੱਚ ਸਰੋਗੇਸੀ ਕਹਿੰਦੇ ਹਾਂ,
ਇੱਕ ਲੇਡੀ ਹੈ ਉਹਦੀ ਬੱਚੇਦਾਨੀ ਕਦੇ ਹੋਈ ਨਹੀਂ, ਹੈ ਹੀ ਨਹੀਂ। ਮਤਲਬ ਜੇ ਛੋਟੀ ਹੋਏ ਬੱਚੇਦਾਨੀ ਤਾਂ ਆਪਾਂ ਵਧਾ ਸਕਦੇ ਹਾਂ, ਪਰ ਇੱਕ ਲੇਡੀ ਦੇ ਅੰਦਰ ਜੇ ਬੱਚੇਦਾਨੀ ਹੈ ਹੀ ਨਹੀਂ ਜਾਂ ਉਹਦੀ ਕਿਸੇ ਵੀ ਕਾਰਨ ਬੱਚੇਦਾਨੀ ਕੱਢ ਦਿੱਤੀ ਗਈ ਹੈ ਤਾਂ ਉਹ ਕਦੇ ਮਾਂ ਨਹੀਂ ਬਣ ਸਕਦੀ। ਇਹੋ ਜਿਹੇ ਕੇਸਿਸ ਵਿੱਚ ਆਪਾਂ ਸਰੋਗੇਟ ਲੇਡੀ, ਇੱਕ ਹੋਰ ਲੇਡੀ ਹੁੰਦੀ ਹੈ ਜਿਹੜੀ ਉਸ ਲੇਡੀ ਵਾਸਤੇ ਬੱਚਾ ਕੈਰੀ ਕਰਦੀ ਹੈ, 9 ਮਹੀਨੇ ਬੱਚਾ ਉਹਦੀ ਪੇਟ ਵਿੱਚ ਪਲਦਾ ਹੈ, ਇਹਨੂੰ ਆਪਾਂ ਸਰੋਗੇਟ ਲੇਡੀ ਕਹਿੰਦੇ ਹਾਂ। ਅਤੇ ਇਹਦੇ ਵਿੱਚ ਜਿਹੜੇ ਅੰਡੇ ਆ ਆਪਾਂ ਅੰਡਾ ਬੈਂਕ ਤੋਂ ਵੀ ਲੈ ਸਕਦੇ ਹਾਂ ਜਾਂ ਫਿਰ ਲੇਡੀ ਦੇ ਉਹਦੇ ਵੀ ਲੈ ਸਕਦੇ ਹਾਂ ਜਿਹਦੇ ਬੱਚੇਦਾਨੀ ਨਹੀਂ ਹੈ, ਅੰਡੇਦਾਨੀ ਹੈ। ਅਗਰ ਅੰਡੇਦਾਨੀ ਫੰਕਸ਼ਨ ਕਰੀਏ ਤਾਂ ਉਹਦੇ ਆਪਣੇ ਅੰਡੇ ਵੀ ਲਏ ਜਾ ਸਕਦੇ ਆ, ਅਤੇ ਉਹ ਫਿਰ ਬਾਹਰ ਬੱਚਾ ਬਣਾ ਕੇ, ਭਰੂਣ ਬਣਾ ਕੇ 48 ਘੰਟੇ ਬਾਅਦ ਸਰੋਗੇਟ ਲੇਡੀ ਦੇ ਅੰਦਰ ਰੱਖਿਆ ਜਾ ਸਕਦਾ, ਅਤੇ ਫਿਰ ਉਹ ਪ੍ਰੈਗਨੈਂਟ ਹੋ ਕੇ 9 ਮਹੀਨੇ ਬਾਅਦ ਬੱਚਾ ਦਿੰਦੀ ਹੈ, ਇਹਨੂੰ ਆਪਾਂ ਸਰੋਗੇਸੀ ਕਹਿੰਦੇ ਹਾਂ। ਅਤੇ ਡਾਕਟਰ ਸਾਹਿਬ, ਬਹੁਤ ਸਾਰੀਆਂ ਮਹਿਲਾਵਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਬੱਚੇਦਾਨੀ 'ਚ ਰਸੌਲੀਆਂ ਬਣ ਜਾਂਦੀਆਂ ਨੇ, ਫਾਈਬਰਾਇਡਸ ਹੋ ਜਾਂਦੇ ਨੇ, ਕਦੇ ਉਹਨਾਂ ਦੀਆਂ ਉਹਨਾਂ ਦੇ ਅੰਡੇਦਾਨੀ 'ਚ ਪਾਣੀ ਦੀਆਂ ਰਸੌਲੀਆਂ ਬਣ ਜਾਂਦੀਆਂ ਨੇ, ਪਰ ਤੁਸੀਂ ਵੀ ਸਾਨੂੰ ਦੱਸਿਆ ਕਿ ਇਹਦੇ ਕਾਰਨ ਵੀ ਬੱਚਾ ਉਹ ਕੰਸੀਵ ਨਹੀਂ ਕਰ ਪਾਉਂਦੀਆਂ, ਕੀ ਇਹਦਾ ਵੀ ਕੋਈ ਇਲਾਜ ਹੈ ਜਿਹਦੇ ਨਾਲ ਉਹ ਸੰਤਾਨ ਸੁਖਤੀ ਪ੍ਰਾਪਤੀ ਕਰ ਸਕੇ? ਬਿਲਕੁਲ, ਜੇ ਇੱਕ ਲੇਡੀ ਦੇ ਅੰਦਰ ਬੱਚੇਦਾਨੀ 'ਚ ਰਸੌਲੀਆਂ ਜਾਂ ਅੰਡੇਦਾਨੀ ਵਿੱਚ ਰਸੌਲੀਆਂ ਤਾਂ ਉਹਨੂੰ ਪ੍ਰੈਗਨੈਂਸੀ ਵਿੱਚ ਪ੍ਰੋਬਲਮ ਆ ਸਕਦੀ ਹੈ। ਇਹੋ ਜਿਹੇ ਕੇਸਿਸ ਵਿੱਚ ਆਪਾਂ ਦੂਰਬੀਨ ਦੇ ਜ਼ਰੀਏ ਰਸੌਲੀਆਂ ਕੱਢ ਸਕਦੇ ਹਾਂ। ਇਹਦੇ ਵਿੱਚ ਸਾਨੂੰ ਕੋਈ ਜ਼ਿਆਦਾ ਚੀਰੇ ਦੀ ਜਾਂ ਪੇਟ ਫਾੜਨ ਦੀ ਜ਼ਿਆਦਾ ਲੋੜ ਨਹੀਂ ਹੁੰਦੀ, ਇੱਕੋ ਹੀ ਟਾਂਕਾ ਲੱਗਦਾ ਅਤੇ ਰਸੌਲੀਆਂ ਕੱਢੀਆਂ ਜਾਂਦੀ ਹੈ, ਅਤੇ ਉਸ ਤੋਂ ਬਾਅਦ ਅੰਡੇਦਾਨੀ ਦੀ ਵੀ ਕੱਢ ਸਕਦੇ ਹਾਂ, ਬੱਚੇਦਾਨੀ ਦੀ ਵੀ ਕੱਢ ਸਕਦੇ ਹਾਂ, ਅਤੇ ਲੇਡੀ ਨੋਰਮਲ ਹੋ ਜਾਂਦੀ ਹੈ ਤਾਂ ਉਹ ਪ੍ਰੈਗਨੈਂਸੀ ਕੈਰੀ ਕਰ ਸਕਦੀ ਹੈ। ਡਾਕਟਰ ਸਾਹਿਬ, ਜਿਹਨਾਂ ਮਹਿਲਾਵਾਂ ਦੀਆਂ ਟਿਊਬਸ ਬੰਦ ਹੋ ਜਾਂਦੀਆਂ ਨੇ, ਕੀ ਕੋਈ ਅਜਿਹਾ ਟ੍ਰੀਟਮੈਂਟ ਹੈ ਕਿ ਜਿਹਨਾਂ ਨਾਲ ਉਹਨਾਂ ਦੀਆਂ ਟਿਊਬਸ ਖੋਲੀਆਂ ਵੀ ਜਾ ਸਕਣ? ਬਿਲਕੁਲ, ਬੰਦ ਟਿਊਬਾਂ ਖੋਲੀਆਂ ਵੀ ਜਾ ਸਕਦੀਆਂ। ਇਹਦੇ ਵਿੱਚ ਸਪੈਸ਼ਲ ਟੈਕਨੀਕ ਆਉਂਦੀ ਹੈ ਜਿਹਨੂੰ ਆਪਾਂ ਹਿਸਟੈਰੋਸਕੋਪਿਕ ਟਿਊਬਲ ਕੈਨੂਲੇਸ਼ਨ ਕਹਿੰਦੇ ਹਾਂ, ਜਿਹਦੇ ਵਿੱਚ ਕੋਈ ਪੇਟ ਕੱਟਣ ਦੀ ਲੋੜ ਨਹੀਂ, ਕੋਈ ਚੀਰਾ ਨਹੀਂ ਲੱਗਦਾ, ਕੋਈ ਟਾਂਕਾ ਨਹੀਂ ਲੱਗਦਾ ਮਰੀਜ਼ ਨੂੰ। ਡੇ ਕੇਅਰ ਬੇਸਿਸ 'ਤੇ ਵੀ ਪ੍ਰੋਸੀਜਰ ਹੋ ਸਕਦਾ ਹੈ, ਅਤੇ ਇਹਦੇ ਵਿੱਚ ਜਿਹੜੀ ਬੰਦ ਟਿਊਬਾਂ ਹੈ ਸਪੈਸ਼ਲੀ ਕੋਰਨੂਅਲ ਐਂਡ ਦੀ ਬਲੋਕੇਡ ਹੁੰਦੀ ਹੈ, ਬਿਲਕੁਲ ਜਿਹੜੀ ਬਿਗਨਿੰਗ ਤੋਂ ਹੀ ਟਿਊਬਾਂ ਬੰਦ ਹੁੰਦੀਆਂ ਉਹ ਖੋਲੀਆਂ ਜਾ ਸਕਦੀਆਂ। ਡਾਕਟਰ ਸਾਹਿਬ, ਇਸ ਤੋਂ ਇਲਾਵਾ ਬਹੁਤ ਸਾਰੀਆਂ ਮਹਿਲਾਵਾਂ ਅਜਿਹੀਆਂ ਨੇ ਜਿਹੜੀਆਂ ਕੰਸੀਵ ਤਾਂ ਕਰ ਲੈਂਦੀਆਂ, ਯਾਨੀ ਕਿ ਬੱਚਾ ਤਾਂ ਉਹਨਾਂ ਦੀ ਕੁੱਖ 'ਚ ਠਹਿਰ ਜਾਂਦਾ ਹੈ, ਪਰ ਕੁਝ ਸਮੇਂ ਬਾਅਦ ਗਰਭਪਾਤ ਹੋ ਜਾਂਦਾ, ਯਾਨੀ ਕਿ ਉਹਨਾਂ ਦਾ ਅਬੋਰਸ਼ਨ ਹੋ ਜਾਂਦਾ, ਔਰ ਇਸ ਤਰ੍ਹਾਂ ਉਹਨਾਂ ਦੇ ਨਾਲ ਲਗਾਤਾਰ ਹੁੰਦਾ ਰਹਿੰਦਾ? ਬਿਲਕੁਲ, ਜੇ ਇੱਕ ਲੇਡੀ ਦੇ ਬਾਰ ਬਾਰ ਅਬੋਰਸ਼ਨ ਹੋ ਰਿਹਾ, ਉਹਨੂੰ ਇਨਵੈਸਟੀਗੇਸ਼ਨ ਹੈ ਨਾ, ਹਸਬੈਂਡ ਵਾਈਫ ਦੋਨਾਂ ਦੇ ਟੈਸਟ ਕੀਤੇ ਜਾਂਦੇ ਆ, ਦੇਖਿਆ ਜਾਂਦਾ ਕੋਈ ਇਨਫੈਕਸ਼ਨਸ ਤਾਂ ਨਹੀਂ ਜਾਂ ਕੋਈ ਜੈਨੇਟਿਕ ਐਬਨੋਰਮੈਲਿਟੀ ਤਾਂ ਨਹੀਂ, ਕੋਈ ਕ੍ਰੋਮੋਸੋਮਲ ਐਬਨੋਰਮੈਲਿਟੀ ਤਾਂ ਨਹੀਂ ਹੈ। ਉਸ ਤੋਂ ਬਾਅਦ ਉਹਦੇ ਬੱਚੇਦਾਨੀ ਦੀ ਤਹਿ ਦੇਖੀ ਜਾਂਦੀ ਹੈ ਕਿ ਉਹ ਠੀਕ ਹੈ, ਬੱਚਾ ਜਿੱਥੇ ਗਰੋ ਕਰਦਾ ਉਹ ਨੋਰਮਲ ਹੈ ਕਿ ਐਬਨੋਰਮਲ ਹੈ, ਇਹਦੇ ਵਾਸਤੇ ਆਪਾਂ ਹਿਸਟੈਰੋਸਕੋਪੀ ਵੀ ਕਰ ਸਕਦੇ ਹਾਂ, ਅਤੇ ਇਹ ਸਾਰੇ ਨੁਕਸ ਲੱਭਣ ਤੋਂ ਬਾਅਦ ਆਪਾਂ ਗਰਭਪਾਤ ਅਵੋਇਡ ਕਰ ਸਕਦੇ ਹਾਂ ਅਤੇ ਪ੍ਰੈਗਨੈਂਸੀ ਪੂਰੀ ਫੁੱਲ ਟਰਮ ਜਾ ਸਕਦੀ। ਡਾਕਟਰ ਸਾਹਿਬ, ਅੱਜ ਕੱਲ੍ਹ ਭਾਵੇਂ ਬਚਪਨ ਦੇ ਟ੍ਰੀਟਮੈਂਟ ਲਈ ਬਹੁਤ ਸਾਰੀਆਂ ਨਵੀਆਂ ਨਵੀਆਂ ਟੈਕਨੀਕਸ ਅਸੀਂ ਗੱਲ ਕਰ ਚੁੱਕੇ ਹਾਂ, ਪਰ ਹੋਰ ਕਿਹੜੀਆਂ ਨਵੀਆਂ ਟੈਕਨੀਕਸ ਮਾਰਕੀਟ ਵਿੱਚ ਆ ਚੁੱਕੀਆਂ ਨੇ, ਇਹਦੇ ਬਾਰੇ ਸਾਨੂੰ ਦੱਸੋ। ਦੇਖੋ, ਬਾਂਝਪਨ ਦੇ ਜਿਹੜੇ ਵੀ ਟੈਕਨੀਕਸ ਹੈ, ਅੱਜ ਕੱਲ੍ਹ ਵਿਗਿਆਨ ਨੇ ਇੰਨੀ ਤਰੱਕੀ ਕਰਦੀ ਹੈ ਕਿ ਸਫਲਤਾ ਦਰ ਕਾਫੀ ਹੱਦ ਤੱਕ ਇੰਕਰੀਜ਼ ਹੋ ਗਿਆ ਹੈ। ਇਹਦੇ ਵਿੱਚ ਜਦ ਆਪਾਂ ਟੈਸਟ ਟਿਊਬੇ ਵੀ ਕਰਦੇ ਹਾਂ ਤਾਂ ਆਪਾਂ ਬਲਾਸਟੋਸਿਸ ਟ੍ਰਾਂਸਫਰ ਕਰ ਸਕਦੇ ਹਾਂ, ਲੇਜ਼ਰ ਹੈਚਿੰਗ ਕਰ ਸਕਦੇ ਹਾਂ, ਉਹਦੇ ਨਾਲ ਵੀ ਜਿਹੜਾ ਕਾਮਯਾਬੀ ਦਰ ਹੈ ਉਹ ਵੱਧ ਗਿਆ ਹੈ। ਅਤੇ ਬਾਕੀ ਜੇ ਅੱਜ ਕੱਲ੍ਹ ਹੋਰ ਇੰਸਟਰੂਮੈਂਟਸ, ਨਈ ਨਈ ਮਸ਼ੀਨਰੀ ਆ ਗਈ ਹੈ ਜਿਹੜੀ ਕਿ ਆਪਾਂ ਆਪਣੀ IVF ਲੈਬ ਵਿੱਚ ਰੱਖ ਸਕਦੇ ਹਾਂ, ਉਹਦੇ ਨਾਲ ਵੀ ਸਕਸੈਸ ਰੇਟ ਕਾਫੀ ਇੰਕਰੀਜ਼ ਹੋ ਜਾਂਦਾ ਹੈ। ਦੂਜਾ, ICSI ਤੋਂ ਉੱਪਰ IMSI ਵਿਧੀ ਆ ਗਈ ਹੈ ਜਿਹਦੇ ਨਾਲ ਸਕਸੈਸ ਰੇਟ ਹੋਰ ਇੰਕਰੀਜ਼ ਹੋ ਜਾਂਦਾ।